ਸਵਾਗਤ ਹੈ ਤੁਹਾរី ਫੇਰ ਤੁਹਾਡੇ ਆਪਣੇ ਚੈਨਲ ਐਜ਼ੋਮੈਟਿਕੀ ਸੋਲੂਸ਼ਨ ਤੇ ਅੱਜ ਗੱਲ ਕਰਾਂਗੇ ਪੰਜਾਬ ਦੀਆਂ ਐਮ ਖਬਰਾਂ ਬਾਰੇ ਹਰ ਇੱਕ ਖਬਰ ਤੋਂ ਡੀ ਨਜ਼ਰ ਸਭ ਤੋਂ ਪਹਿਲਾਂ ਗੱਲ ਕਰਾਂਗੇ ਮੌਸਮ ਬਾਰੇ ਅਗਲੇ 48 ਘੰਟਿਆਂ ਚ ਖੁਸ਼ਕ ਰਹਿਣ ਮੰਗਰੋ ਬਦਲੇਗਾ ਮੌਸਮ ਦਾ ਮિજાਜ 5 ਦਿਨਾਂ ਚ ਚੌਥੀ ਵਾਰਸਾਸਤਾ ਹੋਇਆ ਵਾਦਾ ਸੋਣਾ ਇਸ ਹਫਤੇ 2000 ਰੁਪਏ ਦੀ ਜਿਹੜੀ ਕੀਮਤ ਹੋਰ ਘੱਟ ਹੋਈ ਖੇਤੀ ਵਿਲਾਂ ਖਿਲਾਫ ਕਿਸਾਨਾਂ ਨਾਲ ਕਲਾਕਾਰਾਂ ਦਾ ਕਾਫਲਾ ਖਾਲਸਾ ਐਡ ਨੇ ਵੀ ਮੂਰੇ ਹੋ ਕੇ ਕੀਤਾ ਸਾਥ ਸ਼੍ਰੋਮਣੀ ਅਕਾਲੀ ਦਲ ਦੇ ਧਰਨੇ ਦੌਰਾਨ ਟਰੈਕਟਰ ਨੂੰ ਲਾਈ ਅੱਗ ਫਾਇਰ ਬ੍ਰਿਗੇਡ ਨੇ ਬੁਝਾਈ ਸਮੇਤ ਸੈਣੀ ਚੁੱਪਚਾਪ ਹੋਇਆ ਐਸ ਆਈ ਟੀ ਅੱਗੇ ਪੇਸ ਪੰਜਾਬਾਂ ਦਾ ਚੁੱਕਿਆ ਫਾਇਦਾ ਕਿਸਾਨ ਦੇ ਹੱਕ ਚ ਪਿੰਡ ਬਾਦਲ ਟਰੈਕਟਰ ਤੇ ਨਿਕਲੇ ਸੁਖਵੀਰ ਤੇ ਬੀਬਾ ਬਾਦਲ ਪੰਜਾਬ ਸਰਕਾਰ ਵੱਲੋਂ ਸਕੂਲਾਂ 'ਚ ਖੇਡਾਂ ਦੀ ਮਿਆਰ ਉੱਚਾ ਚੁੱਕਣ ਦੇ ਲਈ ਇੱਕ ਕੀਤਾ ਨਵਾਂ ਉਪਰਾਲਾ ਕਿਸਾਨ ਜਥੇਬੰਦੀਆਂ ਨੇ ਰੇਲ ਰੋਕੋ ਅੰਦੋਲਨ 29 ਸਤੰਬਰ ਤੱਕ ਦਿੱਤਾ ਬੁਲਾ ਸਿੱਖਿਆ ਬੋਰਡ ਵੱਲੋਂ ਮਾਰਚ 2020 ਦੀਆਂ 10ਵੀਂ ਦੀਆਂ ਆਖਰੀ ਹਫਤੇ ਅਕਤੂਬਰ ਦੇ ਹੋਣੀਆਂ ਪ੍ਰੀਖਿਆਵਾਂ ਖੇਤੀਬیل ਦੇ ਪਲਟ ਬਾਰੇ ਅਮਰਿੰਦਰ ਸਿੰਘ ਦਾ ਪੰਜਾਬ ਨੂੰ ਮੰਡੀ ਕੋਸ਼ਟ ਕਰਨ ਦਾ ਵਿਚਾਰ ਨੈਕਸਟ ਖਬਰ ਪੜਾਂਗੇ ਉਸ ਤੋਂ ਪਹਿਲਾਂ ਸਬਸਕ੍ਰਾਈਬ ਜਰੂਰ ਕਰੋ ਚੈਨਲ ਨੂੰ ਜੇਲਾ ਸਾਮ ਸਤ ਤੋਂ ਸਵੇਰੇ 10 ਵਜੇ ਤੱਕ ਛੋਟੋਨੇ ਦੀ ਕਟਾਈ ਤੇ ਰੋਕ 1 ਅਕਤੂਬਰ ਤੋਂ ਬਦਲ ਰਹੇ ਨੇ ਨਿਜ਼ਮ ਤੋੜੇ ਲਈ ਜਾਣਨਾ ਹੋਊਗਾ ਜ਼ਰੂਰੀ ਟੀਵੀ ਦੀਆਂ ਕੀਮਤਾਂ ਹੋਣਗੀਆਂ ਬਾਦਅ ਤੇ ਨਾਲ ਹੀ ਹੋਰ ਨਿਜ਼ਮ ਬਦਲਣ ਜਾਣਗੇ ਕਿਸਾਨਾਂ ਦੇ ਮੁੱਦੇ ਤੇ ਰੱਖ ਕੇ ਬੰਦੂਕ ਚਲਾ ਰਹੇ ਨੇ ਝੂਠੇ ਲੋਕ ਮੋਦੀ ਨੈਕਸਟ ਖਬਰ ਗੱਲ ਕਰਾਂਗੇ ਜੀ ਆਪਾਂ ਖੇਤੀ ਬਿੱਲ ਰੱਦ ਕਰਾਉਣ ਲਈ ਮਤੇ ਪਾਸ ਕਰਨ ಗ್ರಾಮ ਪੰਚਾਇਤਾਂ ਭਗਵੰਤ ਮਾਨ ਪੀਕੀ ਦੇ ਫੌਜੀ ਨਰੀਵਾਨ ਜਸਵੰਤ ਸਿੰਘ ਚੀਨ ਬਾਰਡਰ ਤੇ ਹਾਦਸੇ ਚ ਮੌਤ ਪਿੰਡ ਦੇ ਵਿੱਚ ਸੋਗ ਦੀ ਲਹਿਰ ਤੇ ਦੋਸਤੋ ਇਸ ਤਰ੍ਹਾਂ ਦੀਆਂ ਹੋਰ ਅਪਡੇਟਸ ਸਭ ਤੋਂ ਪਹਿਲਾਂ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਬਹੁਤ ਵੱਧ ਕਰੋ ਥੈਂਕ ਯੂ